विक्रम है ते अही उत्थे महल्ले च खड़े हैं ते किसी ने सानू ना क्या भी इत्थे पता नहीं की हो गया कि छा उधर भजा जांदा ते अही दोवे भज गए साढ़े अगे अगे सीधा राकेश अही जाके वेख्या ते एक्सीडेंट होया पिया सीधा फिर मैं ते चाचे ने ते इक मेरे नाल चाचा चानना अही चक्या जाके उत्थे नू पहलों जाके फिर हॉस्पिटल लैके एक्सीडेंट किस चीज नाल होया किवें होया ए बस नाल होया जी एक्सीडेंट ਤੇ ਇਹ ਜਿਹੜਾ ਜਿਹਨਾਂ ਦਾ ਐਕਸੀਡੈਂਟ ਹੋਇਆ ਇਹ ਕਿੱਥੇ ਜਾ ਰਹੇ ਸੀ ਇਹ ਬੱਚੇ ਨੂੰ ਚਾਚਾ ਮੇਰਾ ਨਾ ਆਦੇ ਮੁੰਡੇ ਨੂੰ ਸਕੂਲ ਛੱਡਣ ਜਾ ਰਿਹਾ ਸੀਦਾ ਤੇ ਬੱਸ ਆਊਟਸਾਈਡ ਆਉਂਦੀ ਪਈ ਇਹ ਆਪਦੇ ਸਹੀ ਹੱਥ ਜਾਂਦਾ ਪਿਆ ਬੱਸ ਵੀ ਆਊਟਸਾਈਡ ਆਉਂਦੀ ਪਈ ਦੇ ਬਹੁਤ ਸਪੀਡ 'ਚ ਬੱਸ ਆਉਂਦੀ ਪਈ ਇਹਨਾਂ ਦੇ ਬੱਚੇ ਕਿੰਨੇ ਸੀ ਬੱਚੇ ਦੋ ਹੀ ਕੁੜੀ ਮੁੰਡਾ ਹੀ ਹੋਰ ਪਰਿਵਾਰ ਦੇ ਵਿੱਚ ਕੋਈ ਪਰਿਵਾਰ ਚਾਚਾ ਹੈਗਾ ਤਿੰਨ ਭਰਾ ਹੈ ਚਾਚੇ ਦੇ ਹਾਂਜੀ ਸ਼ਰਮਾ ਜੀ ਇਹ ਜੋ ਹਾਦਸਾ ਵਾਪਰ ਰਿਹਾ ਹੈ ਇਹਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਤੇ ਮਿੰਨੀ ਬੱਸ ਜੋ ਕੋਈ ਕਹਿ ਰਹੇ ਹੋ ਬਿਲਕੁਲ ਆ ਜਾ ਤੁਸੀਂ ਕੀ ਮੰਗ ਕਰ ਰਹੇ ਹੋ ਅਸੀਂ ਦੇਖੋ ਜੀ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਹਾਂ ਕਿ ਜੋ ਵੀ ਅੱਜ ਇੱਕ ਤਾਂ ਪਹਿਲਾਂ ਤਾਂ ਇਹ ਵੀ ਜਿਹੜਾ ਵੀ ਅੱਜ ਘਟਨਾਕ੍ਰਮ ਹੋਇਆ ਬਹੁਤ ਹੀ ਦੁਖਦਾਈ ਘਟਨਾਕ੍ਰਮ ਹੈ ਪਰ ਘਟਨਾਕ੍ਰਮ ਹੈ ਜਿਹੜਾ ਇਹ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਹੋਇਆ ਕਿਉਂਕਿ ਜਿਹੜੀਆਂ ਬੱਸਾਂ ਨੂੰ ਅੱਜ 20-20 ਸਾਲ ਰੋਡ ਤੇ ਚੱਲਦੀ ਨਾ ਹੋਗੇ ਜਿਨ੍ਹਾਂ ਦੇ ਕੋਈ ਕਾਗਜ਼ ਨਹੀਂ ਕੋਈ ਡਾਕੂਮੈਂਟ ਪੂਰੇ ਨਹੀਂ ਪਤਾ ਨਹੀਂ ਪਰਮਿਟ ਹੈਗੀ ਵੀ ਕਿ ਨਹੀਂ ਹੈਗੇ ਕਾਗਜ਼ ਹੈਗੇ ਕਿ ਨਹੀਂ ਹੈਗੇ ਉਹ ਬੱਸਾਂ ਜਿਹੜੀਆਂ ਡੈਡ ਪੋਜੀਸ਼ਨ ਦੇ ਵਿੱਚ ਹੈਗੀਆਂ ਨੇ ਉਹ ਅੱਜ ਵੀ ਰੋਡ ਤੇ ਚੱਲਦੀਆਂ ਪਈਆਂ ਨੇ ਜਿਹੜਾ ਸਭ ਤੋਂ ਵੱਡਾ ਕਾਰਨ ਜਿਹੜੀ ਇਹ ਹਾਦਸਾ ਹੁੰਦਾ ਸਭ ਤੋਂ ਵੱਡਾ ਕਾਰਨ ਇਹ ਆ ਸਾਡੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇਹਨਾਂ ਬੱਸਾਂ ਨੂੰ ਖਤਮ ਕੀਤਾ ਜਾਵੇ ਤੇ ਜਿਹੜੇ ਇਹਨਾਂ ਬੱਸਾਂ ਦੇ ਮਾਲਕ ਨੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਅਸੀਂ ਇਹਨੂੰ ਇੱਕ ਐਕਸੀਡੈਂਟ ਨਹੀਂ ਕਹਾਂਗੇ ਅਸੀਂ ਤੈਨੂੰ ਇੱਕ ਮਰਡਰ ਕਹਾਂਗੇ ਇਹ ਤਾਂ ਕਤਲ ਏਕ ਕਿਉਂਕਿ ਜੇ ਬੱਸਾਂ ਬਾਉਂਡ ਕੀਤੀ ਹੁੰਦੀ ਤੇ ਅੱਜ ਬੱਸਾਂ ਰੋਡ ਤੇ ਨਾ ਚੱਲਦੀਆਂ ਨਾ ਇਹ ਹਾਦਸਾ ਹੁੰਦਾ ਤੇ ਨਾ ਅੱਜ ਇੱਕ ਪਰਿਵਾਰ ਦੇ ਦੋ ਜੀ ਜਿਹੜੇ ਉਹ ਦੁਨੀਆ ਤੋਂ ਜਾਂਦੇ ਸਾਡੀ ਪੁਰਜੋਰ ਮੰਗ ਹੈ ਕਿ ਇਹਦੇ ਜੋ ਵੀ ਤੇ ਮਾਲਕ ਹੈ ਉਹਨਾਂ ਨੂੰ ਇਹ ਕਾਰਵਾਈ ਕਰਕੇ ਪਰਚਾ ਦਰਜ ਹੋਣਾ ਚਾਹੀਦਾ 302 ਦਾ ਪਰਚਾ ਦਰਜ ਹੋਣਾ ਚਾਹੀਦਾ ਨਾ ਕਿ ਐਕਸੀਡੈਂਟ ਦਾ ਪਰਚਾ ਦਰਜ ਹੋਣਾ ਚਾਹੀਦਾ ਇਹ ਮਾਲਕ ਕਿੱਥੋਂ ਦਾ ਰਹਿਣ ਵਾਲਾ ਪਤਾ ਇਹਦੇ ਬਾਰੇ ਤਾਂ ਸਾਨੂੰ ਕੁਝ ਕਲੀਅਰ ਨਹੀਂ ਹੈ ਜਦੋਂ ਵੀ ਸਾਨੂੰ ਕਲੀਅਰ ਪਤਾ ਲੱਗੇਗਾ ਅਸੀਂ ਜ਼ਰੂਰ ਤੁਹਾਨੂੰ ਫਾਰਵਰਡ ਕਰਾਂਗੇ ਗੱਲ ਜੀ ਜੀ ਜੋ ਇਹ ਹਾਦਸਾ ਵਾਪਰ ਰਿਹਾ ਬਲਾ ਵਾਲੇ ਦੇ ਵਿੱਚ ਤੇ ਪਿਓ ਤੇ ਪੁੱਤ ਦੀ ਇੱਕ ਜਾਨ ਚਲੀ ਗਈ ਹੈ ਐਕਸੀਡੈਂਟ ਵਿੱਚ ਕਿਵੇਂ ਹੋਇਆ ਕੀ ਕਾਰਨ ਹੈ ਵੀਰ ਜੀ ਮੈਂ ਰਮੇਸ਼ ਅਟਵਾਲ ਵਾਰਡ ਨੰਬਰ 13 ਤੋਂ ਐਮਸੀ ਜੀ ਔਰ ਮੇਰੇ ਇਹਨਾਂ ਨਾਲ ਪਰਿਵਾਰਕ ਰਿਲੇਸ਼ਨ ਸੀਗੇ ਇਸ ਲੜਕੇ ਦਾ ਨਾਮ ਰਮੇਸ਼ ਕੁਮਾਰ ਹੈ ਘਰੋਂ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ ਪਹਿਲਾਂ ਆਪਣੀ ਲੜਕੀ ਨੂੰ ਸਕੂਲ ਛੱਡ ਕੇ ਆ ਗਿਆ ਤੇ ਫਿਰ ਛੋਟੇ ਲੜਕੇ ਨੂੰ ਛੋਟੇ ਸਕੂਲ ਛੱਡਣ ਜਾ ਰਿਹਾ ਸੀਗਾ ਇੱਕ ਬਹੁਤ ਤੇਜ਼ੀ ਦੇ ਨਾਲ ਬੱਸ ਆਈ ਔਰ ਦੋਨਾਂ ਪਿਓ ਪੁੱਤਰਾਂ ਦੀ ਡੈਥ ਹੋ ਗਈ ਜੀ ਐਕਸੀਡੈਂਟ ਨਾਲ ਕੀ ਮੰਗ ਕੀ ਹੁਣ ਪਰਿਵਾਰਕ ਮੈਂਬਰਾਂ ਸਾਡੀ ਇਹੀ ਮੰਗ ਹੈ ਜੀ ਵੀ ਉਸ ਨੂੰ ਇਨਸਾਫ ਦਵਾਇਆ ਜਾਵੇ ਉਸਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਔਰ ਬੱਸ ਵਾਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਕੋਲ ਅੱਜ ਮਾਰਨਿੰਗ 'ਚ ਦੋ ਰੋਡ ਸਾਈਡ ਐਕਸੀਡੈਂਟ ਪੇਸ਼ੈਂਟ ਆਏ ਸੀ ਇੱਕ ਬਰੋਡ ਡੈਥ ਸੀ ਅਤੇ ਇੱਕ ਕ੍ਰਿਟੀਕਲ ਕੰਡੀਸ਼ਨ 'ਚ ਸੀ ਦੋਵਾਂ ਦਾ ਐਕਸੀਡੈਂਟ ਇੱਥੇ ਹੋਇਆ ਮੱਲਾਂ ਵਾਲੇ ਕੋਲ ਐਕਸੀਡੈਂਟ ਹੋਇਆ ਰੋਡ ਸਾਈਡ ਐਕਸੀਡੈਂਟ ਹੋਇਆ ਹੁਣ ਬੋਡੀਜ਼ ਦੋਵਾਂ ਦੀਆਂ ਜਿਹੜਾ ਕ੍ਰਿਟੀਕਲ ਕੰਡੀਸ਼ਨ 'ਚੋਂ ਆਇਆ ਸੀ ਉਹ ਇੱਥੇ ਆ ਕੇ ਪੇਸ਼ੈਂਟ ਐਕਸਪਾਇਰ ਹੋ ਗਿਆ ਦੋਵਾਂ ਦੀ ਬੋਡੀਜ਼ ਅਸੀਂ ਮੋਰਚਰੀ 'ਚੋਂ ਲਗਵਾ ਦਿੱਤੀਆਂ ਹੋਈਆਂ ਹੁਣ ਪੁਲਿਸ ਪੇਪਰਸ ਦੀ ਵੇਟ ਆ ਜਦੋਂ ਪੁਲਿਸ ਪੇਪਰ ਆ ਜਾਣਗੇ ਉਦੋਂ ਪੋਸਟਮਾਰਟਮ ਕਰਕੇ ਬੋਡੀਜ਼ ਹੈਂਡ ਓਵਰ ਕਰ ਦਾਂਗੇ